ਸ਼ੰਕਾ ਜਿਹੜੀ ਇੰਨੀ ਪ੍ਰਸਿੱਧ ਐਸ ਪੀ ਸਿੰਘ ਲੁਧਿਆਣੇ ਜਾਂ ਰਾਣਾ ਸਪਰਾਲਾ ਚੌਂਕ ਦਾ ਹੀ ਆ ਗੱਲਬਾਤ ਜਾਮ ਤੁਸੀਂ ਦੇਖੋ ਇਹ ਰੈਲੀ ਦੇਖੋ ਕਿਤੇ ਪਰਮਿਸ਼ਨ ਲਓ ਕਿਤੇ ਜਾ ਕੇ ਸ਼ਹਿਰ 'ਤੇ ਰੈਲੀ ਕਰੋ ਹਾਈਵੇ ਹੈਗਾ ਵਾ ਉੱਦਾਂ ਗੌਰਮੈਂਟ ਕਰਦੀ ਹੈ ਉੱਦਾਂ ਗੌਰਮੈਂਟ ਕਰਦੀ ਹੈ ਸਕੂਟਰ ਦਾ ਚਲਾਨ ਕਰ ਦਿਉ ਕਾਰ ਦਾ ਚਲਾਨ ਕਰ ਦਿਉ ਟਰੱਕ ਦਾ ਚਲਾਨ ਕਰ ਦਿਉ ਰੋਂਗ ਸਾਈਡ ਜਾਣ ਨਹੀਂ ਦੇਣਾ ਹੁਣ ਇੰਨਾ ਜਾਮ ਗੌਰਮੈਂਟ ਨੂੰ ਨਜ਼ਰ ਨਹੀਂ ਆ ਰਿਹਾ ਦੋ ਘੰਟੇ ਤਾਂ ਦੁਨੀਆ ਪਰੇਸ਼ਾਨ ਹੋ ਰਹੀ ਹੈ 3 ਕਿਲੋਮੀਟਰ ਜਾਮ ਪਿੱਛੇ ਉਹ ਭਾਅ ਜੀ ਕਹਿਣਾ ਇਹ ਜਾਂਦੇ ਇਹਨਾਂ ਨੂੰ ਕਿਤੇ ਜਗ੍ਹਾ ਦਿਓ ਤਾਂ ਰੈਲੀ ਕਰਾਓ ਇੱਦਾਂ ਸੜਕਾਂ 'ਤੇ ਰੈਲੀਆਂ ਬੰਦ ਕਰਾਓ ਭਾਅ ਜੀ ਮੈਂ 4 ਘੰਟੇ ਤੋਂ ਜਾਮ ਤੋਂ ਫਸਿਆ 3 ਘੰਟੇ ਤੋਂ ਜਮਾਲਪੁਰ ਤੋਂ ਪਿੱਛੇ ਜਾਮ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਇਹਦੇ ਪਿੱਛੇ ਜਾਮ ਬਹੁਤ ਲੱਗਿਆ ਹੋਇਆ ਜਿਹੜੀ ਆ ਰੈਲੀ ਕੀਤੀ ਗਈ ਆ ਜਿਵੇਂ ਦੇ ਸਾਹਮਣੇ ਜਗ੍ਹਾ ਖੁੱਲੀ ਹੈਗੀ ਆ ਉੱਥੇ ਵੀ ਰੈਲੀ ਹੋ ਸਕਦੀ ਹੈ ਕਿਸੇ ਪਬਲਿਕ ਨੂੰ ਕਿਉਂ ਖਰਾਬ ਕਰ ਰਹੇ ਹੋ ਕਿਉਂ ਪਰੇਸ਼ਾਨ ਕਰ ਰਹੇ ਹੋ ਕੋਈ ਕਹਿਣ ਨੂੰ ਜਾ ਰਿਹਾ ਕੋਈ ਕਹਿਣ ਨੂੰ ਜਾ ਰਿਹਾ ਇਹ ਦਿਲ ਦੀ ਧੜਕਣ ਹੈ ਲੁਧਿਆਣੇ ਸ਼ਹਿਰ ਦੀ ਕਾਂਗਰਸ ਹੋਵੇ ਜਿਹੜੀ ਮਰਜ਼ੀ ਹੋਵੇ ਥੋੜ੍ਹੀ ਆ ਯਾਰ ਕਿਸੇ ਨੂੰ ਪਰੇਸ਼ਾਨ ਕਰੋਗੇ ਤੁਸੀਂ ਲੋਕ ਪਰੇਸ਼ਾਨ ਕਰਨੀ ਆ ਦਾਣਾ ਮੰਡੀ ਚਲੇ ਜਾਓ ਉੱਥੇ ਕਿੱਡੀ ਵੱਡਾ ਗਰਾਊਂਡ ਆ ਉੱਥੇ ਕਰੋ ਇਹ ਥੋੜ੍ਹੀ ਵੀ ਇੱਥੇ ਖਰਾਬ ਕਰੋਗੇ ਤੁਸੀਂ ਪਰੇਸ਼ਾਨ ਕਰੋਗੇ ਕਿਸੇ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਤੁਸੀਂ ਆ ਰੈਲੀ ਕਰਦੇ ਆ ਕਿਤੇ ਸਾਈਡ 'ਤੇ ਕਰੋ ਕਿਸੇ ਪਬਲਿਕ ਨੂੰ ਖਰਾਬ ਨਾ ਕਰੋ ਪਰੇਸ਼ਾਨ ਨਾ ਕਰੋ ਅਸੀਂ ਤੁਹਾਡੇ ਤੁਹਾਡੀ ਰੈਲੀ ਤੁਹਾਨੂੰ ਧੰਨਵਾਦ ਅਸੀਂ ਬਹੁਤ ਵਧੀਆ ਕਹਿੰਦੇ ਵੀ ਕਿਤੇ ਸਾਫ਼ ਜਗ੍ਹਾ ਸੁਥਰੀ ਜਗ੍ਹਾ ਕਰੋ ਇਹ ਥੋੜ੍ਹੀ ਯਾਰ ਕਿਸੇ ਦਾ ਹੁਣ ਪਿੱਛੇ ਮਰੀਜ਼ ਸੀਗਾ ਉਹਦੇ ਵਿੱਚ ਐਂਬੂਲੈਂਸ ਉਹ ਮੈਂ ਕਢਵਾ ਕੇ ਆਇਆ ਨਾਲੋਂ ਨਾਲ ਹੀ ਪਾ ਕੇ ਆਇਆ ਹੈਗਾ ਅਤੇ ਜੇ ਉਹਦੇ ਵਿੱਚ ਮਰ ਜਾਂਦਾ ਰੈਲੀ ਵਾਲਾ ਕੀ ਗੱਲ ਬੰਦੇ ਨੂੰ ਜਿੰਦਾ ਕਰ ਦਿੰਦੇ ਪਰੇਸ਼ਾਨੀ ਬਹੁਤ ਜ਼ਿਆਦਾ ਆ ਜੀ ਪਤਾ ਨਹੀਂ ਹੁਣ ਕਿਹੜਾ ਆ ਰਿਹਾ ਸਾਨੂੰ ਨਹੀਂ ਪਤਾ ਅਤੇ ਰਾਜਾ ਵੜਿੰਗ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਰਾਜਾ ਵੜਿੰਗ ਸਾਹਿਬ ਜੀ ਜੇ ਕੋਈ ਐਂਬੂਲੈਂਸ ਦੇ ਵਿੱਚ ਬੰਦਾ ਮਰ ਜਾਏ ਕੋਈ ਗੱਲਬਾਤ ਹੋ ਜਾਏ ਕੌਣ ਜ਼ਿੰਮੇਦਾਰ ਹੈ ਇਹ ਮੈਂ ਕਹਿਣਾ ਚਾਹੁੰਦਾ ਵੀ ਇਹੀ ਰੈਲੀ ਪਿੱਛੇ ਗਰਾਊਂਡ ਹੈ ਮਰਦਵਾਨ ਦਾ ਬੈਕ ਸਾਈਡ ਬਹੁਤ ਵੱਡਾ ਉੱਥੇ ਵੀ ਹੋ ਸਕਦੀ ਆ ਉੱਥੇ ਵੀ ਰਾਜਾ ਵੜਿੰਗ ਸਾਹਿਬ ਜੀ ਆ ਸਕਦੇ ਆ ਇਹ ਪਬਲਿਕ ਨੂੰ ਨਾ ਪਰੇਸ਼ਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਐਂਬੂਲੈਂਸ ਕਢਾ ਕੇ ਆਇਆ